ਦੇਖੋ 1 ਅਕਤੂਬਰ ਨੂੰ ਮੰਡੀਆਂ 'ਚ ਖਰੀਦ ਸ਼ੁਰੂ ਹੋਣੀ ਸੀ ਤੇ ਆੜਤੀਆਂ ਵੱਲੋਂ ਉਹਨਾਂ ਦੀ ਕਮਿਸ਼ਨ ਵਧਾਉਣ ਦੀ ਡਿਮਾਂਡ ਆ ਉਹਨਾਂ ਦਾ ਕਹਿਣਾ ਆ ਕਿ ਜਿੱਦਾਂ ਜਿੱਦਾਂ ਐਮਐਸਪੀ ਵਧੀ ਹੈ ਉਹਦੇ ਮੁਤਾਬਕ ਉਹਦੀ ਤਰਜ਼ ਤੇ ਸਾਡੀ ਕਮਿਸ਼ਨ ਵਧਣੀ ਚਾਹੀਦੀ ਆ ਇਹ ਕੇਂਦਰ ਸਰਕਾਰ ਨਾਲ ਸੰਬੰਧਿਤ ਮਾਮਲਾ ਆ ਕੇਂਦਰ ਸਰਕਾਰ ਨੂੰ ਆੜਤੀਆਂ ਦੀਆਂ ਇਹ ਜਿਹੜੀ ਮੁਸ਼ਕਲ ਆ ਉਹਨਾਂ ਦੀ ਡਿਮਾਂਡ ਆ ਉਹਨੂੰ ਪੂਰਾ ਕਰਨਾ ਚਾਹੀਦਾ ਕ੍ਰੀਡ ਕਈ ਜਗ੍ਹਾ ਤੇ ਚੱਲ ਵੀ ਰਹੀ ਐ ਪਰ ਸਾਡੀ ਪੰਜਾਬ ਵੱਲੋਂ ਉਹਨਾਂ ਨੂੰ ਬੇਨਤੀ ਐ ਕਿ ਕਿਸਾਨ ਬੜੀ ਮਿਹਨਤ ਦੇ ਨਾਲ ਆਪਣੀ ਫਸਲ ਪੈਦਾ ਕਰਦਾ ਤੇ ਆਪਾਂ ਇਹ ਪੰਜਾਬ ਦੇ ਕਿਸਾਨ ਦੇ ਨਾਲ ਖੜੇ ਹੋ ਕੇ ਜਿਹੜੀ ਕੇਂਦਰ ਸਰਕਾਰ ਨੇ ਆੜਤੀਆਂ ਦੀ ਕਮਿਸ਼ਨ ਦੀ ਸੁਣਵਾਈ ਨਹੀਂ ਕੀਤੀ ਆਪਾਂ ਉਹਨਾਂ ਦੇ ਨਾਲ ਆ ਤੁਹਾਡੇ ਖਿਲਾਫ ਤੁਹਾਡੇ ਖਿਲਾਫ ਨਹੀਂ ਤੁਹਾਡੇ ਨਾਲ ਆ ਅਸੀਂ ਪੰਜਾਬ ਸਰਕਾਰ ਦੂਸਰਾ ਜਿਹੜੀ ਸਪੇਸ ਸੀਗੀ ਝੋਨੇ ਵਾਸਤੇ ਪਿਛਲੇ ਸਾਲ ਦਾ ਮਾਲ ਉਥੇ ਕੇਂਦਰ ਸਰਕਾਰ ਨੇ ਹਲੇ ਚੱਕਿਆ ਨਹੀਂ ਤੇ ਉਹ ਰਵਿੰਦ ਰਵਨੀਤ ਸਿੰਘ ਬਿੱਟੂ ਬਿਆਨ ਦਿੰਦੇ ਆ ਕਿ ਕੇਂਦਰ ਸਰਕਾਰ ਨੇ ਇਸ ਕਰਕੇ ਪਿਛਲੇ ਸਾਲ ਵਾਲਾ ਝੋਨਾ ਨਹੀਂ ਚੁੱਕਿਆ ਕਿਉਂਕਿ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਆ ਤੇ ਰੇਲਵੇ ਟਰੈਕਾਂ ਤੇ ਬੈਠੇ ਆ ਭਾਈ ਬਿੱਟੂ ਜੀ ਕੇਂਦਰ ਸਰਕਾਰ ਜੀ ਜੇ ਕਿਸਾਨ ਅੰਦੋਲਨ ਕਰ ਰਿਹਾ ਤਾਂ ਆਪਣੀਆਂ ਹੱਕੀ ਮੰਗਾਂ ਵਾਸਤੇ ਕਰ ਰਿਹਾ ਤਾਂ ਉਹਨਾਂ ਦੀ ਸੁਣਵਾਈ ਵੀ ਕੇਂਦਰ ਸਰਕਾਰ ਨੇ ਕਰਨੀ ਆ ਬੀਜੇਪੀ ਨੇ ਕਰਨੀ ਆ ਕਰੋ ਜੋ ਉਹਨਾਂ ਦੀਆਂ ਡਿਮਾਂਡਸ ਆ ਉਹਨਾਂ ਨੂੰ ਪੂਰੀਆਂ ਕਰੋ ਦੂਸਰਾ ਬਹਾਨੇਬਾਜ਼ੀ ਨਾ ਕਰੋ ਸਿਰਫ ਪੂਰੇ ਸਾਲ ਚ ਇੱਕ ਜਾਂ ਦੋ ਦਿਨ ਰੇਲਵੇ ਟਰੈਕ ਤੇ ਕੋਈ ਪ੍ਰੋਬਲਮ ਆਈ ਹੋਊਗੀ ਤੇ ਹੁਣ ਉਹ 1 ਜਾਂ 2 ਦਿਨ ਨੂੰ ਤੁਸੀਂ ਬੇਸ ਬਣਾ ਕੇ ਮੁੱਦਾ ਬਣਾ ਕੇ ਪੰਜਾਬ ਦੇ ਵਿੱਚੋਂ ਝੋਨਾ ਨਹੀਂ ਚੱਕ ਰਿਹਾ ਤੁਸੀਂ ਪੁਰਾਣਾ ਸਟਾਕ ਨਹੀਂ ਇੱਥੋਂ ਚੱਕ ਰਿਹਾ ਤਾਂ ਕਿ ਅਗਲਾ ਸਟਾਕ ਉੱਥੇ ਆਣ ਕੇ ਨਾ ਲੱਗੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਲੋਕ ਸਾਰੇ ਜਾਣਦੇ ਆ ਤੇ ਮੇਰੀ ਇਹ ਬੇਨਤੀ ਹੈ ਕਿ ਸਾਰੇ ਪ੍ਰਬੰਧ ਪੰਜਾਬ ਗਵਰਨਮੈਂਟ ਵੱਲੋਂ ਪੁਖਤਾ ਕੀਤੇ ਗਏ ਆ ਕੇਂਦਰ ਸਰਕਾਰ ਨੂੰ ਆੜਤੀਆਂ ਦੀਆਂ ਮੰਗਾਂ ਵੀ ਮੰਨਣੀਆਂ ਚਾਹੀਦੀਆਂ ਹਨ ਤੇ ਹੋਰ ਜਿਹੜੇ ਮਿੱਲਰਜ਼ ਦੀ ਡਿਮਾਂਡ ਆ ਉਹ ਵੀ ਪੂਰੀ ਕਰਨੀ ਚਾਹੀਦੀ ਹੈ ਤੇ ਨਾਲ ਨਾਲ ਕੇਂਦਰ ਸਰਕਾਰ ਨੂੰ ਤੁਰੰਤ ਆਪਣਾ ਸਟਾਕ ਵੀ ਪਿਛਲੇ ਸਾਲ ਦਾ ਇੱਥੋਂ ਚੁੱਕ ਕੇ ਅੱਗੇ ਸਾਨੂੰ ਸਪੇਸ ਅਵੇਲੇਬਲ ਕਰਾਉਣੀ ਚਾਹੀਦੀ ਹੈ ਇਹ ਜਾਣਤ ਜੋ ਹੈ ਰੇਟ ਰੋਕੋ ਦਾ 2 ਘੰਟੇ ਲਈ ਰੇ ਪੰਜਾਬ ਕੀ ਉਹਦੇ ਅਲੱਗ-ਅਲੱਗ ਲਗਨਤ ਸ਼ਹਿਰਾਂ ਦੇ ਵਿੱਚ ਕੀਤਾ ਜਾਣਾ ਪੰਜਾਬ ਦੀ ਗੱਲ ਕਰੇ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ ਰੇਟ ਰੋਕੋ ਕੀ ਪੰਜਾਬ ਸਰਕਾਰ ਵੱਲੋਂ ਉਹਨਾਂ ਨਾਲ ਪੂਰਾ ਉਹਨਾਂ ਦਾ ਸਹਿਯੋਗ ਕੀਤਾ ਜਾਏਗਾ ਦੇਖੋ ਜਿਹੜੀਆਂ ਕਿਸਾਨਾਂ ਦੀਆਂ ਜ਼ਿਆਦਾਤਰ ਮੰਗਾਂ ਆ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਆ ਕੇਂਦਰ ਸਰਕਾਰ ਸੁਣਵਾਈ ਨਹੀਂ ਕਰ ਰਹੀ ਤੇ ਉਹਦੀ ਮੁਸ਼ਕਲ ਇੱਥੇ ਦੇ ਕਿਸਾਨ ਜੇ ਕਿਸਾਨ ਅੰਦੋਲਨ ਕਰਦੇ ਆ ਤਾਂ ਮੁਸ਼ਕਲ ਕਿਸਾਨਾਂ ਨੂੰ ਵੀ ਆਉਂਦੀ ਆ ਮੁਸ਼ਕਲ ਤੁਹਾਨੂੰ ਸਾਨੂੰ ਵੀ ਆਉਂਦੀ ਸਭ ਨੂੰ ਪਰ ਬੀਜੇਪੀ ਦੀ ਸਰਕਾਰ ਦਾ ਨਜ਼ਰੀਆ ਜਿਹੜਾ ਪੰਜਾਬ ਵਾਸਤੇ ਬਿਲਕੁਲ ਅਲੱਗ ਗਿਆ ਔਰ ਇਹ ਗੱਲ ਸਾਬਤ ਕਰ ਦਿਤੀ ਆ ਸੁਨੀਲ ਜਾਖੜ ਜੀ ਦੇ ਬਿਆਨ ਦੀ ਬਿਆਨ ਨੇ ਕਿ ਕੇਂਦਰ ਦੀ ਲੀਡਰਸ਼ਿਪ ਨੂੰ ਬੀਜੇਪੀ ਨੂੰ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲਣਾ ਚਾਹੀਦਾ ਸੋ ਇਸ ਕਰਕੇ ਪੰਜਾਬ ਪ੍ਰਤੀ ਕੇਂਦਰ ਸਰਕਾਰ ਆਪਣਾ ਨਜ਼ਰੀਆ ਬਦਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਫਤਵਾ ਦਿੱਤਾ ਉਹਦਾ ਸਤਕਾਰ ਵੀ ਕਰੇ ਬੀਜੇਪੀ ਆਪਣੇ ਮਨ ਵਿੱਚ ਕੋਈ ਜੈਲਸੀ ਨਾ ਰੱਖੇ ਇਹ ਲੋਕਾਂ ਦਾ ਫਤਵਾ ਹੈ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਸੋ ਜੋ ਕੇਂਦਰ ਸਰਕਾਰ ਦੇ ਫਰਜ਼ ਆ ਉਹਨੂੰ ਨਿਭਾਵੇ ਲੋਕਾਂ ਪ੍ਰਤੀ ਜੀ ਜਿਸ ਸਰਸੇ ਗੱਲ ਕਰ ਰਹੇ ਤੇ ਕੰਗੜਾ ਰਨੌਤ ਤੋਂ ਲੈ ਕੇ ਅੱਜ ਦਿਨ ਕੋਈ ਨਾ ਕੋਈ ਬਿਆਨ ਆਂਦਾ ਜਿੱਦਾਂ ਹੁਣ ਨਸ਼ੇ ਨੂੰ ਲੈ ਕੇ ਇਹਦਾ ਕਿ ਪੰਜਾਬ ਤੇ ਠਿਕਰਾ ਰੋਨਾਂ ਨੂੰ ਫੋੜਿਆ ਹੈਗੇ ਉਹਨੂੰ ਕਿਦਾਂ ਤੁਸੀਂ ਦੇਖਦੇ ਹੋ ਦੇਖੋ ਕੰਗੜਾ ਰਨੌਤ ਤਾਂ ਨਾ ਭਾਜਪੀ ਦੀ ਜਿੱਦਾਂ ਨਾ ਭਾਜਪੀ ਦੇ ਹੱਥਾਂ ਚ ਹੱਥਾਂ ਦਾ ਖਲੋਣਾ ਹੈ ਇਸ ਤੋਂ ਪਹਿਲਾਂ ਮੁੰਬਈ ਵਿੱਚ ਵੀ ਕਿੰਨੀ ਸਪੋਰਟ ਬੀਜੇਪੀ ਉਹਨਾਂ ਦੀ ਕਰਦੀ ਰਹੀ ਹੈ ਕੰਗਣਾ ਰਣੌਤ ਦੀ ਫਿਰ ਉਹੋ ਜਿਹੀ ਜਿਨੇ ਰੋਜ਼ ਕੋਈ ਨਾ ਕੋਈ 57 ਵਿੱਚ ਰਹਿਣਾ ਹੁੰਦਾ ਕੰਗਣਾ ਰਣੌਤ ਨੇ ਉਹਨੂੰ ਲਿਆ ਕੇ ਐਮਪੀ ਬਣਾਇਆ ਬੜਾ ਜ਼ੋਰ ਲਾ ਕੇ ਖਰਚਾ ਕਰਕੇ ਅਮਿਤ ਸ਼ਾਹ ਜੀ ਨੇ ਮੋਦੀ ਸਾਹਿਬ ਨੇ ਉਹਨਾਂ ਨੂੰ ਐਮਪੀ ਵੀ ਬਣਾਤਾ ਉਹਨਾਂ ਦੀ ਟਿਕਟ ਤੇ ਐਮਪੀ ਬਣਿਆ ਹੁਣ ਕੰਗਣਾ ਰਣੌਤ ਜੇ ਕੋਈ ਬਿਆਨ ਦੇ ਰਹੀ ਹੈ ਪੰਜਾਬ ਦੇ ਵਿਰੁੱਧ ਪੰਜਾਬ ਦੇ ਕਿਸਾਨਾਂ ਵਿਰੁੱਧ ਪੰਜਾਬ ਦੇ ਨੌਜਵਾਨਾਂ ਵਿਰੁੱਧ ਪੰਜਾਬ ਨੂੰ ਨਸ਼ਈ ਕਹਿ ਰਹੀ ਹੈ। ਚਿੱਟਾ ਕਹਿ ਰਹੀ ਹੈ ਸ਼ਰਾਬ ਦੀ ਗੱਲ ਕਰ ਰਹੀ ਹੈ। ਇਹਦਾ ਮਤਲਬ ਇਹ ਕੰਗਣਾ ਰਣੌਤ ਨਹੀਂ ਗੱਲ ਕਰ ਰਹੀ। ਇਹ ਭਾਜਪਾ ਦਾ ਰਵਈਆ ਆ ਭਾਜਪਾ ਦਾ ਨਜ਼ਰੀਆ ਪੰਜਾਬ ਪ੍ਰਤੀ। ਨਹੀਂ ਤਾਂ ਉਹਨਾਂ ਦੀ ਐਮਪੀ ਹੋਵੇ ਉਹਨਾਂ ਦੀ ਟਿਕਟ ਤੇ ਜਿੱਤ ਕੇ ਆਈ ਹੋਵੇ। ਔਰ ਅਨਾਬ ਸ਼ਨਾਬ ਬੇਤੁਕੀਆਂ ਗੱਲਾਂ ਪੰਜਾਬ ਬਾਰੇ ਕਰੀ ਜਾਵੇ। ਲੋਕ ਸਮਝ ਰਹਾ ਪੰਜਾਬ ਦੇ ਕਿ ਇਹ ਕਿਹਦੀ ਸ਼ਹਿ ਤੇ ਗੱਲਾਂ ਕੀਤੀਆਂ ਜਾ ਰਹੀਆਂ ਇਹ ਬੀਜੇਪੀ ਦੀ ਕੇਂਦਰ ਸਰਕਾਰ ਦੀ ਸ਼ਕਤੀ ਦੀ ਸ਼ਹਿ ਤੇ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਬੀਜੇਪੀ ਕਰ ਰਹੀ ਹੈ ਕੰਗਣਾ ਤੇ ਖੜਾਉਣਾ ਗੁੜੀਆ ਉਹਨਾਂ ਦੀ ਹੈ ਦੇਖਦੇ ਪਏ ਕਿ ਜਿਹੜੀ ਪੰਚਾਇਤੀ ਚੋਣਾਂ ਹੋ ਰਹੀਆਂ ਵਾਪਸ ਦਫ਼ਤਰਾਂ ਚ ਜਾ ਦੇ ਕਹਿੰਦੇ ਕਿ ਤੱਕਾ ਹੁੰਦਾ ਪਿਆ ਸਾਡੇ ਨਾਲ ਕਈ ਥਾਵਾਂ ਤੇ ਚਾਹੇ ਉਹ ਗੁਰਦਾਸਪੁਰ ਦੀ ਗੱਲ ਕਰ ਲਈ ਜਲੰਧਰ ਦੀ ਗੱਲ ਕਰ ਲਈ ਬਹੁਤ ਸਾਰੇ ਥਾਵਾਂ ਤੇ ਤਸਵੀਰਾਂ ਵਿੱਚ ਸਾਹਮਣੇ ਇਹਨੂੰ ਕਿੱਦਾਂ ਦੇਖਦੇ ਪਏ ਦੇਖੋ ਇਹਨੂੰ ਸਮਝਣ ਦੀ ਲੋੜ ਆ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵਧੀਆ ਫੈਸਲਾ ਲਿਆ ਕਿ ਪਿੰਡਾਂ ਦਾ ਮਾਹੌਲ ਪਿੰਡਾਂ ਦਾ ਸਮਾਜਿਕ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਔਰ ਹੋਰ ਮਜ਼ਬੂਤ ਹੋਣਾ ਚਾਹੀਦਾ ਪਿੰਡੂ ਇਲੈਕਸ਼ਨਾਂ ਵਿੱਚ ਕਈ ਵਾਰੀ ਪਟੋ ਧਾੜ ਹੋ ਜਾਂਦੀ ਆ ਪਾਰਟੀਵਾਦੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਕਈ ਵਾਰੀ ਇਨਸਟੀਗੇਟ ਕਰਦੇ ਆ ਫਿਰ ਕਈ ਸਾਲ ਲੱਗ ਜਾਂਦੇ ਉਹਨੂੰ ਸਮਾਜਿਕ ਤਾਣੇ ਬਾਣੇ ਨੂੰ ਰਿਪੇਅਰ ਕਰਨ ਲਈ ਇਹ ਵਧੀਆ ਫੈਸਲਾ ਲਿਆ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਿੰਡੂ ਚੋਣਾ ਚਰੇਲੂ ਚੋਣਾ ਸਾਡੀਆਂ ਲੇਕਿਨ ਉਹਦਾ ਲੋਕਾਂ ਨੇ ਸਵਾਗਤ ਵੀ ਬੜਾ ਕੀਤਾ ਬਹੁਤ ਸਾਰੇ ਪਿੰਡਾਂ ਚ ਸਰਬਸੰਮਤੀਆਂ ਹੋ ਰਹੀਆਂ ਲੋਕ ਬੈਠ ਕੇ ਫੈਸਲੇ ਕਰ ਰਹੇ ਆ ਲੋਕ ਡਿਵੈਲਪਮੈਂਟ ਨੂੰ ਵਿਕਾਸ ਨੂੰ ਭਾਈਚਾਰੇ ਨੂੰ ਤਰਜੀਹ ਦੇ ਰਹੇ ਆ ਲੇਕਿਨ ਕਾਂਗਰਸ ਦੇ ਪੈਰਾਂ ਹਠੋਂ ਜ਼ਮੀਨ ਨਿਕਲ ਰਹੀ ਆ ਕਾਂਗਰਸ ਨੂੰ ਇਸ ਗੱਲ ਦੀ ਬੜੀ ਤਕਲੀਫ ਆ ਤੇ ਉਹ ਹੁਣ ਖਾਮ-ਖਾਮ ਉਹਨਾਂ ਨੂੰ ਬੁਲਾਉਂਦਾ ਕੋਈ ਨਹੀਂ ਤੇ ਉਹ ਦਫਤਰਾਂ ਚ ਜਾ ਕੇ ਧੌਂਸ ਜਮਾਉਂਦੇ ਆ ਹੈਂਕੜਵਾਜੀ ਦਿਖਾਉਂਦੇ ਆ ਅਫਸਰਾਂ ਨੂੰ ਠਮਕਾਉਂਦੇ ਆ ਜੋ ਇੱਕ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਡਿਪਟੀ ਕਮਿਸ਼ਨਰ ਨੂੰ ਠਮਕਾਇਆ ਜੋ ਸ਼ਬਦਾਵਲੀ ਵਰਤੀ ਹੈ ਡੀਸੀ ਨੂੰ ਜੋ ਸ਼ਬਦਾਵਲੀ ਵਰਤੀ ਹੈ ਉਹ ਬੜੀ ਨਿੰਦਣਯੋਗ ਹੈ ਔਰ ਮੈਂ ਸਮਝਦਾ ਇੱਕ ਮੈਂਬਰ ਪਾਰਲੀਮੈਂਟ ਮੇਰਾ ਖਿਆਲ ਹੁਣ ਉਮਰ ਵੀ ਉਹਨਾਂ ਦੀ 70 75 ਹੋਣੀ ਹੈ 72 ਹੋਣੀ ਮੇਰਾ ਖਿਆਲ ਉਹਨਾਂ ਨੂੰ ਇਹੋ ਜੀ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ ਭਈ ਭਾਈ ਤੁਸੀਂ ਵੀ ਸਰਕਾਰਾਂ 'ਚ ਰਹੇ ਹੋ ਕੌਣ ਨਹੀਂ ਜਾਣਦਾ ਕਾਂਗਰਸ ਦੇ ਵੇਲੇ ਕਿੱਦਾਂ ਪੰਚਾਇਤੀ ਇਲੈਕਸ਼ਨਾਂ ਨੂੰ ਲੁੱਟਿਆ ਜਾਂਦਾ ਸੀ ਕਿੱਦਾਂ ਕਾਗਜ਼ ਰਾਜ ਰੱਦ ਹੁੰਦੇ ਸੀ ਕਿੱਦਾਂ ਵਿਰੋਧੀ ਪਾਰਟੀਆਂ ਦੇ ਬੰਦਿਆਂ ਨੂੰ ਥਾਣੇ 'ਚ ਬੰਦ ਕਰਵਾਉਂਦੇ ਸੀ ਕੋਣ ਨਹੀਂ ਜਾਣਦਾ ਹਾਲੇ ਕੋਈ ਜ਼ਿਆਦਾ ਪੁਰਾਣੀ ਗੱਲ ਨਹੀਂ 2018 ਦੀ ਗੱਲ ਆ ਕਿੱਦਾਂ ਤੁਸੀਂ ਪੁਲਸ ਦੀ ਤਾਕਤ ਦਿਖਾ ਕੇ ਬਦਮਾਸ਼ੀ ਗੁੰਡਾਗਰਦੀ ਕਰਕੇ ਤੁਸੀਂ ਦੂਜੀਆਂ ਪਾਰਟੀਆਂ ਨੂੰ ਕਾਵੇ ਨਹੀਂ ਢਾਖਲ ਕਰ ਦਿੰਦੇ ਸੀ ਰਿਜ਼ਲਟ ਹੀ ਬਦਲਾ ਲੈਂਦੇ ਸੀ ਆਮ ਆਦਮੀ ਪਾਰਟੀ ਨੇ ਸਾਫ਼ ਸੁਥਰਾ ਇਲੈਕਸ਼ਨ ਕਰਾਉਣ ਦਾ ਤਹਿਆ ਕੀਤਾ ਤੇ ਕਾਂਗਰਸ ਨੂੰ ਹੁਣੇ ਹਜਮ ਨਹੀਂ ਹੋ ਰਿਹਾ ਦਫ਼ਤਰਾਂ 'ਚ ਜਾ ਕੇ ਗੁੰਡਾਗਰਦੀ ਮਾੜੀ ਸ਼ਬਦਾਵਲੀ ਵਰਤਣੀ ਉਹਨਾਂ ਨੂੰ ਕਹਿ ਰਹੇ ਡੀਸੀ ਸਾਹਿਬ ਨੂੰ ਕਹਿ ਰਹੇ ਕਾਂਗਰਸੀ ਤੇਰੀਆਂ ਲੱਤਾਂ ਨਹੀਂ ਭਾਰ ਚੱਲਦੀਆਂ ਇਹ ਤੇਰੇ ਪਿਓ ਦਾ ਨਹੀਂ ਦਫਤਰ ਤੇ ਭਾਈ ਜੇ ਡੀਸੀ ਦੇ ਪਿਓ ਦਾ ਨਹੀਂ ਦਫਤਰ ਤੇ ਤੁਹਾਡੇ ਪਿਓ ਦਾ ਦਫਤਰ ਆ ਉਹ ਤਾਂ ਆਪਣੀ ਡਿਊਟੀ ਨਿਭਾ ਰਿਹਾ ਹੈ ਡਿਪਟੀ ਕਮਿਸ਼ਨਰ ਐਜ਼ ਅ ਅਫੀਸਰ ਉਹਦੇ ਦਾਇਤਵ ਆ ਉਹ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਰਵਾਹ ਕਰ ਰਿਹਾ ਇਹ ਕਾਂਗਰਸ ਵਾਸਤੇ ਕਾਂਗਰਸ ਕੋ ਕੰਮ ਕੋਈ ਨਹੀਂ ਹੋਣਾ ਅਸਲ ਚ ਪਿੰਡਾਂ ਚ ਇਹਨਾਂ ਨੂੰ ਕੋਈ ਬੁਲਾਉਂਦਾ ਨਹੀਂ ਇਹੀ ਕੰਮ ਜਲੰਧਰ ਚ ਇਹੀ ਉਹ ਤੁਰਦੀ ਫਿਰਦੀ 55 ਉਹ ਜੀਰਾ ਸੋ ਇਸ ਕਰਕੇ ਇਹਨਾਂ ਇਲੈਕਸ਼ਨਾਂ ਨੂੰ ਭਾਈਚਾਰਕ ਇਲੈਕਸ਼ਨਾਂ ਤੱਕ ਰਹਿਣ ਦਿਓ ਕੋਈ ਪ੍ਰਬੰਧਾਂ ਵਿੱਚ ਕਮੀ ਨਹੀਂ ਸਿਰਫ ਇਹ ਲੋਕਾਂ ਨੂੰ ਸ਼ੋਅ ਕਰਨਾ ਚਾਹੁੰਦੀ ਕਾਂਗਰਸ ਬਈ ਪ੍ਰਬੰਧ ਬਹੁਤ ਮਾੜੇ ਆ ਜੀ ਕਾਗਜ਼ ਨਹੀਂ ਮਿਲ ਰਹਾ ਕੱਲੇ ਦਿਨ ਕੱਲ ਦਾ ਵਿੱਚ ਦਿਨ ਬਾਕੀ ਆ ਆ ਦੋ ਦਿਨ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੇ ਇਹ ਕਹਿਤਾ ਵੀ ਦੋ ਦਿਨ ਜੋ ਤੁਹਾਡੀਆਂ ਐਨਓਸੀਆਂ ਆ ਜੋ ਕਿ ਤੁਹਾਡੇ ਕਾਗਜ਼ ਪੱਤੇ ਪੂਰੇ ਕਰਾ ਪੂਰੇ ਕਰਾ ਦਿੰਦੇ ਆ ਸੋ ਇਸ ਕਰਕੇ ਇਹ ਇਹਨਾਂ ਨੂੰ ਬੜੀ ਤਕਲੀਫ ਹੋ ਰਹੀ ਆ ਕਾਂਗਰਸੀਆਂ ਨੂੰ ਕਿਉਂਕਿ ਇਹ ਹਾਰ ਰਹੇ ਆ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੀ ਆ